ਸਾਨੂੰ ਦੋਸਤ ਨੂੰ ਇੱਕ ਚੀਜ਼ ਬਈ ਪੁੱਛਣੀ ਹੈ ਕਿ ਕਿਹੜੇ ਸ਼ਹਿਰ ਤੋਂ ਐਨ, ਕਿੱਥੋਂ ਐਨ, ਕਿਵੇਂ ਪਹਿਲੇ ਜਗ੍ਹਾ 'ਤੇ ਕੰਮ ਕਰੇ ਹਨ, ਯਾਨੀ ਕਿ ਕਾਰੋਬਾਰ 'ਚ ਕੰਮ ਕਰੇ ਨੇ ਹਨ ਜਾਂ ਕਹਿਣਾ ਕਰੇ ਨੇ ਹਨ। अस्सलाम वालेकुम जी, क्या हाल है? ठीक हो? तबीयत से ठीक है। मैं हम अलग कम जी तुम सुने यूट्यूब चैनल मेहनती लोग तुम अज का व्लॉग करने हैं तो सारी वीडियो देखने को पहले लाइक तो सब्सक्राइब जरूर कर गिन सो। अच्छा सही, अज जो लाइट है क्या ना बिल्कुल जी वजह तुम्हें ट्रैक्टर लगता पाया, ट्रैक्टर की मशीन चलावनी है। ਹੈਡ ਨਾ ਹੋਣ ਦੇ ਵਜੋਂ ਤੂੰ ਅਕਲ ਹੋਵੇ ਰਾਮ ਕਰ ਤੂੰ ਮੈਂ ਦੇਵੇ ਤੈਨੂੰ ਤੇ ਕੱਢ ਲਵਾ ਯਾਰ ਕੁੱਲੇ ਨੂੰ ਜਾਂ ਤੂੰ ਕਿਸੇ ਨੂੰ ਕਹ ਚਾਹ ਤੇ ਖਲ ਹੋਵੇ ਲੈ ਨਾ ਹੋਣ ਵਜੇ ਤੇ ਨਾ ਕੰਮ ਨਹੀਂ ਪਿਆ ਚੱਲਦਾ ਨਿਆਦਾ ਉਹ ਗੱਡੀ ਜਿਹੜੀ ਨਾ ਖੜੀ ਆ ਦੇ ਕੋਲ ਉੱਤੇ ਲੋਡ ਵੀ ਕਹਿੰਦੇ ਭਾਈ ਇਹ ਜਿਹੜਾ ਨਾ ਹੁਣ ਟਰੈਕਟਰ ਲੈਂਦੇ ਪਏ ਮਸ਼ੀਨ ਚਾਲੂ ਕਰਿਆ ਸੋ ਜਿਹੜੀ ਗੱਡੀ ਵੱਲ ਬੱਚੀ ਖੜੀ ਏ ਉਹ ਪੂਰੀ ਕਰਨੀ ਏ ਹਾਂ नेटवर्क है ना ये ट्रैक्टर लेने पे देखो ट्रैक्टर दे क्यों चल दी है मशीन वीडियो बनती पई है कम होवे ना होवे गेयर नहीं लगता पे पता नहीं खराब है या क्लच खराब है पता नहीं गेयर खराब है क्लच कह रहे हो सारा ही नहीं वजह तो मशीन खराब थी जो बंदा दे पावे तेरी खैर वे इतने रख उसका जी जोर ही किसी को भी नहीं आएगा अस्सलाम वालेकुम जी, क्या हाल है? ठीक हो? तबीयत से ठीक है। मैं हम अलग कम जी तुम सुनते पे यूट्यूब चैनल मेहनती लोग तो असा अज हफ्ता जो ना व्लॉग अज स्टार्ट करने हैं अज का व्लॉग शुरू करने हैं तो
ਤਾਂ ਵੀਡੀਓ ਦੇਖਣ ਨੂੰ ਪਹਿਲੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੇ ਸੋ ਤੇ ਸਾਡੀ ਵੀਡੀਓ ਜਿਹੜਾ ਨਾ ਐਂਡ ਤੱਕ ਦੇਖਣੀ ਹੈ ਤੇ ਅੱਜ ਦੀ ਵੀਡੀਓ ਜਿਹੜੀ ਨਾ ਕਰਨਾ ਸ਼ੁਰੂ ਤਾਂ ਸਾਡਾ ਕੰਮ ਅੱਜ ਜਿਹੜਾ ਨਾ ਚੱਲਦਾ ਪਿਆ ਹੈ ਥੋੜਾ ਲੈਟ ਤਾਂ ਬਹੁ ਮਸਲਾ ਆਈ ਤੇ ਉਹ ਜਿਹੜਾ ਨਾਲ ਟਰੈਕਟਰ ਦਾ ਜਿਹੜਾ ਉਹ ਟਰੈਕਟਰ ਨਾਲ ਜਿਹੜਾ ਨਾ ਸ਼ੁਰੂ ਕੀਤੀ ਖੜਾ ਕੰਮ ਕਿਉਂਕਿ ਗੱਡੀ ਜਿਹੜੀ ਲੋਡ ਕਰਨੀ ਹੈ ਉਹ ਵੀ ਥਿੰਦੀ ਪਈ ਹੈ ਸਾਹਮਣੇ ਹੁਣ ਬਸ ਨੇੜੇ ਲੱਗੀ ਖੜੀ ਤਕਰੀਬਨ 400 ਬੰਡਲ ਉਹਦਾ ਰਾਂਧਾ ਪਿਆ ਆਈ ਜਿਹਦੀ ਵਜ੍ਹਾ ਤੋਂ ਟਰੈਕਟਰ ਲਾਉਣ ਪੈ ਗਿਆ ਲਾਉਣਾ ਪੈ ਗਿਆ ਮਜਬੂਰੀ ਤੌਰ 'ਤੇ ਆਪਣਾ ਮਸ਼ੀਨ ਦੇ ਪ੍ਰੈਸ 'ਤੇ ਅਤੇ ਹੁਣ ਉਹ ਜਿਹੜਾ ਨਾ ਟਰੈਕਟਰ ਚੱਲਦਾ ਪਿਆ ਅਤੇ ਤਕਰੀਬਨ ਹੀ ਜਿਵੇਂ 20 ਮਿੰਟ ਤੱਕ ਗੱਡੀ ਲੋਡ ਥੀ ਹੋਇਆ ਸੀ ਅਤੇ ਹੁਣ ਜਿਹੜਾ ਨਾ ਮੈਂ ਤਾਂ ਕੁਝ ਇੱਕ ਦੋਸਤ ਨਾਲ ਮਿਲਿਆ ਨਾ ਇਹ ਸਿੰਧੀ ਆਪਾਂ ਉਹਦੇ ਨਾਲ ਥੋੜ੍ਹੇ ਜਿਹੜਾ ਗੱਪ ਸ਼ੱਪ ਲੈਂਦੇ ਹਾਂ ਉਹਦੀ ਉਹਦੇ ਕੋਲ ਪੁੱਛਦੇ ਹਾਂ ਕਿ ਕੰਮ ਇਹ ਅਸਲ ਜਿਹੜਾ ਇਹ ਹੁੰਦੀ ਹੈ ਡੇਬ ਚੁੱਕੀ ਹੁੰਦੀ ਪਈ ਜਿਹੜੀ ਇਹ ਆਪਣੀ ਜਿਹੜਾ ਨਾ ਉਹਦੇ ਉੱਤੇ ਲਵੀਂਦੀ ਹੈ ਆਪਣਾ ਜਿਹੜਾ ਬੰਡਲ ਹੁੰਦੇ ਤਲਵੇ ਲਵੀਂਦੀ ਹੈ ਉੱਤੋਂ ਵੀ ਤਾਂ ਕਿ ਬੰਡਲ ਖੁੱਲ੍ਹੇ ਨਾ ਅਤੇ ਉਹਦੇ 'ਚ ਤੂੜੀ ਵਗੈਰਾ ਜਿਹੜਾ ਨਾ ਉਹ ਬਿਖਰੇ ਨਾ ਖਿੰਡੇ ਨਾ ਉਹ ਕਿਵੇਂ ਬਿਲਕੁਲ ਪ੍ਰੈਸ ਥੀ ਵੀ ਉਹਨਾਂ ਦਾ ਇਹ ਤੁਹਾਨੂੰ ਲਾਜ਼ਮੀ ਲਾਉਣੀ ਪਾਉਂਦੀ ਹੈ ਕਾਫੀ ਇਹ ਆਈ ਪੀ ਹੈ ਤਕਰੀਬਨ ਕੱਲ੍ਹ ਟਰਾਲਾ ਲੱਥਾ ਇੱਥੇ ਅਤੇ ਉਹ ਆਈ ਪਈ ਹੈ ਇਹ ਜਿਹੜੇ ਨਾ ਦੋਸਤ ਇਹ ਉਹ ਤੂੰ ਕਹਿੰਦਾ ਪਾਇਆ ਆਪਾਂ ਇਹਨੂੰ ਅੱਜ ਨਾ ਜਿਹੜਾ ਪੁੱਛਦੇ ਹਾਂ ਇਹਦੇ ਹਵਾਲੇ ਵੀ ਇਹ ਪੁੱਛਦੇ ਹਨ ਮੈਨੂੰ ਸਰਾਇਕੀ ਬੋਲਣੀ ਆਉਂਦੀ ਨਹੀਂ ਆਉਂਦੀ ਵੈਸੇ ਹਨ ਸਿੰਧੀ ਲੋਕ ਅਤੇ ਕੋਈ ਕੋਈ ਜਿਹੜੇ ਜ਼ਿਆਦਾਤਰ ਸਰਾਇਕਿਆਂ ਨਾਲ ਰਹਿ ਗਏ ਉਹ ਉਰਦੂ ਬੋਲ ਗਏ ਜਾਂ ਪੰਜਾਬੀ ਗੁਜ਼ਾਰਾ ਚੱਲ ਪੈਂਦੇ ਕੋਈ ਕੋਈ ਇਹਨਾਂ 'ਚ ਉਹ ਵੀ ਹਨ ਇਹਨਾਂ ਕੋਈ ਯਾਨੀ ਕਿ ਸਹੀ ਤਰ੍ਹਾਂ ਸਰਾਇਕੀ ਜਾਂ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਬਸ ਸਿੰਧੀ 'ਚ ਗੱਲ ਕਰਦੇ ਥੋੜ੍ਹਾ ਬਹੁਤ ਕੋਈ ਕੋਈ ਸਮਝ ਆ ਵੀ ਗਾ ਜ਼ਿਆਦਾਤਰ ਨਹੀਂ ਆਉਂਦੀ ਤਾਂ ਅੱਜ ਆਪਾਂ ਇਹਨਾਂ ਨੂੰ ਥੋੜ੍ਹੇ ਨਾਲ ਪੁੱਛਦੇ ਪੁੱਛਦੇ ਹਾਂ ਵੀ ਕਿਆ ਕਰਨ ਦਾ ਯਾਨੀ ਕਿ ਪਹਿਲੇ ਦਫ਼ਾ ਇਹਨਾਂ ਦਾ ਕੰਮ ਹੈ ਮੇਰੇ ਵਾਸਤੇ ਤਾਂ ਪਹਿਲੇ ਮੈਂ ਪਹਿਲੇ ਦਫ਼ਾ ਇਹ ਕਰਨਾ ਆ ਇਹ ਕੰਮ ਜਿਹੜਾ ਹੈ ਮਜ਼ਦੂਰੀ ਯਾਨੀ ਕਿ ਪ੍ਰੈਸ 'ਤੇ ਅਸਲਾਮ ਵਾਲੇਕੁਮ ਸਹੀ ਕਿਆ ਹਾਲ ਹੈ ਤਬੀਅਤ ਸੇ ਠੀਕ ਹੈ ਅਲਹਮਦੁਲਿਲਾ ਠੀਕ ਦੁਆ ਚਾਹੀਦੀ ਅੱਛਾ ਸਾਡੇ ਨਾਲ ਕੋਈ ਸਰਾਇਕੀ ਬੋਲ ਗਿੰਦੇ ਤੁਸੀਂ ਜੀ ਜੀ ਹਾਂ ਥੋੜ੍ਹੀ ਥੋੜ੍ਹੀ ਸੱਗੀ ਆਉਂਦੀ ਹੈ ਲੇਕਿਨ ਜ਼ਿਆਦਾ ਨਹੀਂ ਆਉਂਦੀ ਜ਼ਿਆਦਾ ਨਹੀਂ ਥੋੜ੍ਹੀ ਆਉਂਦੀ ਹੈ ਜੀ ਜੀ ਠੀਕ ਠੀਕ ਅੱਛਾ ਜੀ ਅੱਛਾ ਕੀ ਕਰਦੇ ਪਏ ਸਹੀ ਇਹ ਸਹੀ ਬਸ ਦਿਬ ਕਟੇ ਨੇ ਬੈਠੇ ਹੋਏ ਬੰਡਲੇ ਕੋ ਲਗ ਸੇ ਦੋਵੇਂ ਸਾਈਡੇ ਨੂੰ ਠੀਕ ਹੈ ਵੱਧ ਤੋਂ ਲੋੜ ਤੀ ਵੈਸੇ ਬਾਹਰੇ ਮੁਲਕੇ ਵਿੱਚ ਦੁਬਈ ਵੈਸੇ ਕਰਾਚੀ ਵੈਸੇ ਉੱਥੇ ਹੀ ਮਾਲ ਖਾਸੇ ਘੁੰਮ ਠੀਕ ਹੈ ਘੁੰਮ ਕੇ ਆਏ ਸਾਹਮਣੇ लेकिन हम मजबूरी है हमारी क्या करेंगे क्योंकि हर चीज महंगी हो गई है ठीक है इमरान खान ने बहुत महंगाई की है भाई इसलिए जो है ना हम कोई काम है मजबूरन करना पड़ता है हाँ जी मजबूरन करना पड़ता है ठीक है मजबूरी से करना पड़ता है और मजबूरी ये काम कराती है भाई बिल्कुल बिल्कुल कराती है हम इसलिए जो है ना हमारी मजबूरी है हम काम कर रहे हैं ठीक है ठीक है हक लाल का पोरिया है हमारा बिल्कुल ठीक है भाई इसलिए जो है ना अच्छा कम करो दे दे थोड़ा यहाँ भाई टुके हाँ जी ਵੈਰੀ ਗੁੱਡ ਦੇਖੋ ਸਹੀ ਤਰੀਕਾ ਹੈ ਕੰਮ ਕਰਨ ਦਾ ਕੋਈ ਵੀ ਕੰਮ ਵੀ ਹੋਵੇ ਨਾ ਉਹਦਾ ਇੱਕ ਤਰੀਕਾ ਹੋਣਾ ਚਾਹੀਦਾ ਕੋਈ ਯਾਨੀ ਕਿ ਕਰਨ ਦਾ ਇੱਕ ਅਸੂਲ ਹੋਣਾ ਚਾਹੀਦਾ ਅਟਕਲ ਹੋਣੀ ਚਾਹੀਦੀ ਉਹਦੀ ਤਾਂ ਉਹ ਕੰਮ ਬੜਾ ਆਸਾਨ ਹੁੰਦਾ ਦੇਖੋ ਇਹਨਾਂ ਦਾ ਕੰਮ ਇਹ ਦੇਖੋ ਇੱਕ ਮਿੰਟ ਦੇ ਵਿੱਚ ਯਾਨੀ ਕਿ ਇਤਨੀ ਤਿਆਰ ਕਰ ਗਈ ਹੈ ਲੱਗਦੀ ਵੀ ਥੋੜ੍ਹੀ ਥੋੜ੍ਹੀ ਬੰਡਲ ਦੀ ਸਾਈਡ ਤੋਂ ਯਾਨੀ ਕਿ ਇਹ ਬੰਦੇ ਦਾ ਕੰਮ ਸਿਰਫ ਇਹੋ ਹੀ ਹੁੰਦਾ ਸਿਰਫ ਦੇ ਯਾਨੀ ਕਿ ਟੁੱਕ ਵਗੈਰਾ ਦੇ ਰਹੇ ਨੇ ਵੀ ਇੱਕ ਸ਼ੋਰ ਜਿਹੜਾ ਉਹ ਜਿਹੜਾ ਚਾਹ ਦੇ ਅੱਗਾਂ ਅੱਗਾਂ ਡਿਆਉਂਦੇ ਬਣਦੇ ਤਾਂ ਪੁੱਛਦੇ ਇਹਨਾਂ ਨੂੰ ਜਾਂ ਕਿਹੜੇ ਸ਼ਹਿਰ ਤੋਂ ਆਉਂਦੇ ਇਹ ਵੀ ਪੁੱਛਦੇ ਹੈ ਅਤੇ ਇਹ ਪੁੱਛਦੇ ਹਾਂ ਸਾਰੀ ਸਰਾਇਕੀ ਜ਼ਬਾਨ ਆਸਾਨ ਲੱਗਦੀ ਹੈ ਮੁਸ਼ਕਿਲ ਲੱਗਦੀ ਹੈ ਸਾ ਕੋਈ ਨਾ ਇਹ ਜ਼ਬਾਨ ਬੜੀ ਮੁਸ਼ਕਿਲ ਲੱਗਦੀ ਹੈ ਸਮਝ ਆਵੇਂਦੇ ਜਲ ਯਾਨੀ ਕਿ ਆਪਾਂ ਤਾਂ ਗੁਫਤਗੂ ਕਰਨ ਦੇ ਪਏ ਮੈਨੂੰ ਸਮਝ ਆਵੇਂਦੇ ਸਭ ਕੋਈ ਕਈ ਯਾਨੀ ਕਿ 30% 100 ਸਮਝ ਆਉਂਦੀ ਹੈ ਵੀ ਕਿਆ ਦੇ ਪੈਣ ਲੇਕਿਨ ਇਹਨੂੰ ਪੁੱਛਦੇ ਹਾਂ ਸਾਡੀ ਸਰਾਇਕੀ ਵੀ ਇਹਨਾਂ ਕੋਲ ਸਮਝ ਆਉਂਦੀ ਹੈ ਜਾਂ ਕਹਿ ਨਹੀਂ ਆਉਂਦੀ ਅੱਛਾ ਦੋਸਤ ਦੱਸੇ ਸੋ ਕਿੱਥੋਂ ਆਏ ਵੇ ਤੁਸੀਂ ਜ਼ਿਲ੍ਹਾ ਗੋਟ ਕੀ ਹੈ ਸਾਡਾ ਜ਼ਿਲ੍ਹਾ ਗੋਟ ਔਰ ਸਾਡਾ ਸ਼ਹਿਰ ਜੋ ਹੈ ਉਹ ਬਾੜਾ ਹੈ ਉਬਾੜਾ ਜੀ ਜੀ
उबाड़ा शहर है। सही है, उसको हम सिंधी में बोलते हैं उबाड़ो। उबाड़ो ठीक है। हाँ, तुम सरकी में पता नहीं क्या बोलते हो, उबाड़ा बोलते हो या किसा कुछ और चीज बोलते हैं। ठीक है, सही है, सही। हाँ जी, तो इसलिए हम उबाड़ा से आए हैं इधर रोजी करने के लिए। अच्छा, ये पहले भी करें दिया या कहना में करें दे? नहीं नहीं, पहले कौन करें दे? पहले घर होंगे से ओ माल द गावा घास करें दे से, माल को चरें दे से उते अपनी अपने जानवर। जी जी, अपने जानवर। जमीन भी है अपनी? हाँ, जमीन हमारी है तो दो एकड़। जी जी, सही है। हाँ, उधर जो है ना, हम फिर उधर अपना माल था वो चराते थे, उसको घास डालते थे उधर। यानी कि पहले दफा आए तू? हाँ जी, इस काम पे पहली बार आए, क्योंकि महंगाई भाई हो गई है बहुत, करना पड़ता है। अभी ये करना पड़ता है, अभी हमारे को बहुत परेशानियां हो गई है। अच्छा। क्योंकि हम गरीब बंदे हैं भाई, कहाँ जाए। ठीक है, इसलिए जो है ना ये हम आ गए इधर काम के लिए। ठीक है, हम काम कर रहे हैं अभी, शुक्र है रब का, हक लाल का, अपना कमा रहे हैं। बिल्कुल। ठीक है, हाँ जी, इसलिए जो है ना। अच्छा, ये दसो जो अपना कितने बंदे आए हुए अपने, यानी कि जिला अपना जो उबाड़ा चू, कितने लोग आए हुए? हम जो है भाई चार बंदे आए हैं। चार बंदे? जी जी, सही है। चार बंदे आए हैं हम इधर काम करने के लिए। और उबाड़ा तो इतने दुनियापुर शहर कितने किलोमीटर सफर बना हुआ भाई? ये अंदाज़ा नहीं है हमारा। अच्छा जी। हाँ, लेकिन कितना किराया लगवा? तक किराया हमारा लगवा है 700 रुपया। 700 रुपया? जी जी, सही है। अच्छा दोस्तों, आप जड़े नहीं भाई गुफ्तगू वगैरह की थी, तो सारी दिखाई है काम के बारे पूछे, पहले भी तो आपको पता है, तो उन बाद बाकी जड़ा है सारी वीडियो जड़ा एंड तक देखनी है, को लाइक तो सब्सक्राइब जरूर करे। सो आज की वीडियो तक करने थे एंड, खुदा हाफिज़।